ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਰਸੂਲਪੁਰ ਨਹਿਰ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਸੋ ਦੋਸਤੋ, ਅਲਾਦੀਨਪੁਰ ਪਿੰਡ ਬਿਲਕੁਲ ਨਜ਼ਦੀਕ ਆ, ਝੰਡੇਰ ਪਿੰਡ ਥੋੜ੍ਹੀ ਦੂਰੀ 'ਤੇ ਆ, ਦੁਗਲ ਵਾਲਾ ਪਿੰਡ ਬਿਲਕੁਲ ਲਾਗੇ ਆ, ਅਤੇ ਸੇਰੋਂ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਪਿੰਡ ਰਸੂਲਪੁਰ ਨਹਿਰਾਂ ਦੀ, ਅਤੇ ਬਿਲਕੁਲ ਤਰਨ ਤਾਰਨ ਸਾਹਿਬ ਜ਼ਿਲ੍ਹਾ ਲੱਗਦਾ ਦੋਸਤੋ, ਬਿਲਕੁਲ ਨਜ਼ਦੀਕ ਕੋਈ ਕਿਲੋਮੀਟਰ ਦੀ ਦੂਰੀ ਜਿਹੜੀ ਆ ਦੋਸਤੋ ਸ਼੍ਰੀ ਤਰਨ ਤਾਰਨ ਸਾਹਿਬ ਦੀ ਆ ਪਿੰਡ ਰਸੂਲਪੁਰ ਨਹਿਰਾਂ ਤੋਂ। ਵੀਰ ਨਿਸ਼ਾਨ ਸਿੰਘ ਦੇ ਕੋਲ ਆਏ ਹਾਂ ਦੋਸਤੋ, ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ, ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ, ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ 'ਤੇ। ਅੱਜ ਦੋਸਤੋ 4 ਤਰੀਕ ਆ, 4 ਫਰਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ, ਸਮਾਂ ਕੋਈ ਸ਼ਾਮ ਦੇ 4:30 ਦਾ। 3 ਵੈਣਾਂ ਦੋਸਤੋ ਦਿਖਾਵਾਂਗੇ ਬਿਨ ਬੱਚੇ ਤੋਂ ਆ, ਦੁੱਧ ਪ੍ਰੋਪਰ ਥੱਲੇ ਕਿੰਨਾ ਹੁਣ ਹਾਜ਼ਰ ਆ 2 ਟਾਈਮਾਂ ਦਾ ਉਹ ਵੀਰ ਨਿਸ਼ਾਨ ਤੋਂ ਪੁੱਛ ਲਾਂਗੇ। 1 ਗੱਬਣ ਵੱਛੀ ਦਿਖਾਵਾਂਗੇ, ਵੈੜ ਦਿਖਾਵਾਂਗੇ, ਗੱਬਣ ਸ਼ਾਹੀਵਾਲ ਅਤੇ HF ਦਾ ਕ੍ਰੋਸ ਅੰਗ ਹੈਗਾ। ਸੋ ਚਾਰੇ ਪਸ਼ੂਆਂ ਦੀ ਡਿਟੇਲ ਆਪਾਂ ਸਾਂਝੀ ਕਰ ਦਿਆਂਗੇ, ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ। 5 ਵੈੜਾਂ ਜੀ? ਹਾਂਜੀ, 5 ਵੈੜਾਂ, ਠੀਕ ਹੈ ਜੀ। 5 ਵੈੜਾਂ ਦੋਸਤੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਇਕੱਲੇ ਇਕੱਲੇ ਪਸ਼ੂ ਦੀ, ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ। ਆਓ ਲੈਂਦੇ ਹਾਂ ਜਾਣਕਾਰੀ ਵੀਰ ਨਿਸ਼ਾਨ ਤੋਂ, ਪੁੱਛਦੇ ਹਾਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਨਿਸ਼ਾਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ ਜੋ? ਠੀਕ ਠਾਕ ਵੀਰੇ, ਹੋਰ ਸੁਣਾ? ਵਧੀਆ ਵਧੀਆ ਵੀਰ ਜੀ, ਠੀਕ ਠਾਕ ਜੀ, ਚੜ੍ਹਦੀ ਕਲਾ ਜੀ। ਠੀਕ ਠਾਕ ਵੀਰੇ, ਠੀਕ ਠਾਕ। ਹਾਂਜੀ, ਅੱਛਾ ਨਿਸ਼ਾਨ ਵੀਰੇ, ਅੱਜ ਪਸ਼ੂ ਆਪਣੇ ਕੋਲ ਟੋਟਲ 5 ਨੇ, 5 ਕਾਊਗਾ। ਹਾਂਜੀ ਵੀਰ ਜੀ, ਤੇ ਕੀ ਡਿਟੇਲ ਆ 5 ਪਸ਼ੂਆਂ ਦੀ, 4 ਜਿਹੜੀਆਂ ਬਿਨ ਬੱਚੇ ਤੋਂ ਕਿ 3 ਬਣੇ ਬਿਨ ਬੱਚੇ ਤੋਂ? 3 ਬਿਨ ਬੱਚੇ ਤੋਂ ਵੀਰ ਜੀ। ਇੱਕ ਬੱਚਾ ਹੈਗਾ ਇੱਕ ਦੇ ਨਾਲ? ਹਾਂਜੀ, ਇੱਕ ਦੇ ਨਾਲ ਹੈਗਾ ਵਾ, ਇੱਕ ਦੀ ਮਤਲਬ ਉਹਨਾਂ ਤਿੰਨਾਂ ਚੋਂ ਇੱਕ ਤਾਜੀ ਸੂਈ ਆ, ਉਹਦਾ ਬੱਚਾ ਮਰ ਗਿਆ ਵੀਰ ਜੀ ਠੰਡ ਕਰਕੇ। ਠੀਕ ਹੈ ਜੀ। ਹਾਂਜੀ, ਪ੍ਰੋਪਰ ਆਪਣੇ ਤੇ ਵੀਡੀਓ ਬਣੀ ਹੈਗੀ ਆ, ਇੱਕ ਆ ਗੱਬਣ ਵੱਛੀ ਆ ਵੀਰ ਜੀ, ਇੱਕ ਗੱਬਣ ਆ ਗਈ। ਹਾਂਜੀ, ਦੂਜਾ ਸੂਆ ਸੁੰਦੀ ਆ, ਹਫਤਾ ਜੇ ਕੱਚੀ ਆ, ਬਾਕੀ ਠੰਡੀ ਸੀਜ਼ਨ ਲੱਗ ਗਿਆ, ਜਿੱਦਾਂ ਮਰਜ਼ੀ ਹੱਥ ਪੱਲਾ ਫੇਰੀ ਜਾਓ ਵੀਰ ਜੀ, ਮਿੱਥਾਂ ਵਿਰਲਾਂ ਵੀ ਪੂਰੀਆਂ ਦੀ ਥਾਂ 'ਚ ਲਓ ਜੀ। ਸੋ ਠੰਡੀ ਧੀਰੀ ਆ, ਸੀਲ ਸਲਾਗਾ ਦੋਸਤੋ, ਬਾਕੀ ਜਿੱਦਾਂ ਤੁਸੀਂ ਵੇਖ ਰਹੇ ਜੇ ਬਿਲਕੁਲ ਸਾਰੇ ਪਾਸਿਓਂ ਵੀਰ ਤਸੱਲੀ ਕਰਾਈ ਜਾ ਰਿਹਾ, ਬਾਕੀ ਵਜਨ ਲੋਡ ਪੂਰਾ ਵੀਰ ਜੀ ਦਾ, ਕੱਦ ਕੁੱਦ ਸੋਹਣਾ, ਵਜਨ ਵਜਨ ਪੂਰਾ, ਵਜਨਦਾਰ, ਫੁੱਲ ਬਟਾ ਫੁੱਲ, ਤੇ ਸੂਆ ਨਿਸ਼ਾਨ ਕੇ ਦੂਜਾ ਸੂਰੀ ਆ, ਦੂਜਾ ਸੂਨ ਜਾ ਰਹੀ ਵੀਰ ਜੀ, ਦੂਜਾ? ਹਾਂਜੀ, ਹਫਤਾ ਜੇ ਕੱਚੀ ਵੀਰ ਜੀ, ਹਫਤਾ ਕੁ ਲੈਂਦੀ ਆ ਸਮਾਂ? ਠੀਕ ਹੈ ਜੀ। ਸੋ ਹਫਤਾ ਦੋਸਤੋ ਸਮਾਂ ਹਜੇ ਕੱਢਦੀ ਆ, ਠੀਕ ਹੈ, ਘਰ ਵਾਲੇ ਆਉਂਦੇ 17-18 ਕਿਲੋ ਦੁੱਧ ਭਰਦੀ ਵੀਰ ਜੀ। ਠੀਕ ਹੈ ਜੀ। ਹਾਂਜੀ, ਸੂਏ ਭਰਿਆ ਨਾ? ਠੀਕ ਆ, ਠੀਕ ਆ, ਬਾਕੀ ਕੁਛ ਨਹੀਂ ਆਉਂਦੀ, ਜਿੱਦਾਂ ਮਰਜ਼ੀ ਹੱਥ ਪਲਾ ਫੇਰੀ ਜਾਓ ਵੀਰ ਜੀ, ਠੰਡੀ ਸੀਜ਼ਨ ਲੱਗ ਗਿਆ। ਸੋ ਠੰਡੀ ਧੀਰੀ ਆ ਦੋਸਤੋ, ਦੂਜਾ ਸੂਆ ਗੋਦੀ ਵਾਲੀ ਵੈੜ ਵੀਰ ਜੀ, ਠੀਕ ਆ। ਸੋ ਕੱਦ ਕੁੱਦ ਚੰਗਾ, ਵਜਨ ਵਜਨ ਪੂਰਾ, ਪੂਰੀ ਨਿੱਗਰ ਆ, ਜਿੰਨੀ ਕਰਮਾਂ ਵਾਲੀ ਪੂਰੀ ਨਿੱਗਰ ਆ, ਥਣ ਭਾਂਡੇ ਦੀ ਵੀ ਪੂਰੀ ਨਿੱਗਰ ਆ, ਅਤੇ ਨਿਸ਼ਾਨ ਵੀਰੇ ਖੋਲ੍ਹ ਕੇ ਇੱਕ ਵਾਰੀ ਤੋੜ ਕੇ ਦਿਖਾ ਦੇਈਏ। ਚਲਾ, ਅੱਜ ਨਹੀਂ ਬਾਹਰ ਕੱਢਣਾ, ਅਜੇ ਚੱਕਰ ਆ, ਮੋੜ ਲਈਏ ਕਰਨੀਆਂ। ਹਾਂ ਲਓ ਜੀ, ਠੀਕ ਆ। ਠੀਕ ਆ। ਅੱਛਾ ਨਿਸ਼ਾਨ ਵੀਰੇ, ਕੀ ਕਰਦੇ ਮੰਗੇ ਦੀ ਮੁੱਲ ਕੀ ਕਰਦੇ? ਮੁੱਲ ਵੀਰ ਜੀ ਕਰਨੇ ਭਾਵੇਂ 70-75 ਕਰੀ ਜਾਈਏ। ਹਾਂਜੀ, 60,000, 60,000 ਦੀ ਦੇ ਦਈਏ। 60,000 ਦੀ? ਹਾਂਜੀ, ਹੋਰ ਹੋ ਜਾਊਗਾ ਥੋੜਾ ਬਾਤਾ, 60,000 ਦੀ ਦੇ ਦਾਂਗੇ ਜੀ ਪੂਰੇ ਦੀ। ਹਾਂਜੀ, ਕਰਦੇ ਥੋੜਾ ਬਾਤਾ ਮੰਗ, ਕੋਈ ਨਹੀਂ, ਥੋੜਾ ਬੜਾ ਮੌਕੇ ਤੇ ਕਰ ਦਾਂਗੇ ਵੀਰ ਜੀ। ਠੀਕ ਹੈ ਜੀ। ਹਾਂਜੀ ਲਓ ਦੋਸਤੋ, 60,000 ਦੀ ਇਹ ਵੈੜ ਮਿਲ ਜੂਗੀ ਤੁਹਾਨੂੰ, ਡਿਮਾਂਡ ਚਾਹੇ 65 ਹੋਵੇ, 62 ਹੋਵੇ, ਜਿੰਨੀ ਮਰਜ਼ੀ ਆ,
60,000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ। ਠੀਕ ਆ, ਸੋ ਥਣ ਹੱਥੀ ਚੁਆਈ ਵਾਲਾ ਬਾਕੀ ਵੀਰ ਜੀ, ਹਾਂਜੀ ਜਿਹੜੀ ਹਫਤਾ ਹੀ ਹਜੇ ਢਿੱਲਾਂ ਢਿੱਲਾਂ ਹੈਗੀਆਂ, ਕਸਮੇ ਲੇਵੇ ਦੀ ਆ ਵੀਰ ਜੀ, ਕੋਈ ਭਾਲ ਨਹੀਂ, ਕੋਈ ਕੁਛ ਨਹੀਂ ਪਿਆ ਵੀਰ ਜੀ, ਬਾਕੀ ਸੀਲ ਸਲਾਗਾ ਪੂਰੀ ਆ। ਠੀਕ ਹੈ ਜੀ, ਹਾਂ ਬਿਲਕੁਲ ਜੀ ਬਿਲਕੁਲ। ਅਤੇ ਵਜਨ ਵੁਜਨ ਜਿਹੜਾ ਦੋਸਤੋ ਚੰਗਾ, ਅਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਸੌਦਾ ਤੁਸੀਂ ਕਰ ਲਿਓ, ਤਿਪ ਕੇ ਕੋਈ ਵੀਰ ਤਸੱਲੀ ਕਰਨੀ ਚਾਹੀਦੀ ਜੀ। ਸ਼ਾਇਦ ਹੀ ਆਉਂਦਾ ਵਾ, ਸ਼ਾਇਦ ਹੀ ਆਉਂਦਾ, ਸ਼ਾਇਦ ਆਉਂਦਾ ਵੀਰ ਜੀ। ਠੀਕ ਆ, ਠੀਕ ਹਾਂਜੀ, ਉਹੀ ਵੀ 8-7 ਦਿਨ ਹਜੇ ਕੱਢ ਲਿਆ, ਹਫਤਾ ਇਰਮਾਨ ਲੈ ਜਾਣਾ, ਵੱਧ ਵੀ ਖੜ ਸਕਦੀ ਉਦਾਂ ਹਫਤਾ, ਘਰ ਵਾਲਿਆਂ ਨੇ ਆਖਿਆ 9 ਤਰੀਕ ਨੂੰ ਦਿਨ ਪੂਰੇ ਹੁੰਦੇ ਦੇ ਵੀਰ ਜੀ। ਠੀਕ ਆ ਜੀ, ਹਾਂਜੀ, ਚਲੋ ਬਹੁਤ ਵਧੀਆ, ਵਾਇਰ ਚੰਗੀ ਆ ਦੋਸਤੋ, ਜਿਹੜਾ ਕੋਈ ਵੀਰ ਆਜੂਗਾ ਛੱਡ ਕੇ ਨਹੀਂ ਜਾਂਦਾ, ਵਜਨ ਵਜਨ ਪੂਰਾ, ਬਾਕੀ ਪ੍ਰਿੰਟ ਪ੍ਰੁੰਟ ਬਹੁਤ ਸੋਹਣਾ, ਅੱਗੇ ਗਰਮੀ ਦੇ ਵਿੱਚ ਚੱਲਣ ਵਾਲੀ ਆ ਕ੍ਰੋਸ ਪਾਣ ਦੇ ਵਿੱਚ, ਅੱਗੇ ਆ ਬਿਨ ਬੱਚੇ ਤੋਂ ਵੀਰ ਜੀ, ਬਿਨ ਬੱਚੇ ਤੋਂ ਆ ਗਈ। ਅੱਛਾ, ਇਹਦੀ ਡਿਟੇਲ ਨਿਸ਼ਾਨ ਸਕੇ ਸੂਆ, ਇਹ ਵੀ 2 ਮਹੀਨਿਆਂ ਦੀ ਸੂਈ ਆ। ਅੱਛਾ, ਜਿਹਦਾ ਬੱਚਾ ਠੰਡ ਨਾਲ ਕਰਕੇ ਮਰ ਗਿਆ ਵਾ, ਆਪਣੇ ਕੋਲ ਹੀ ਮਰਿਆ ਕਿ ਪਿੱਛੇ? ਨਹੀਂ ਨਹੀਂ, ਆਪਾਂ ਜਿੱਦਾਂ ਘਰ ਵਾਲਿਆਂ ਦੱਸਿਆ ਆਪਾਂ ਉਦਾਂ ਹੀ ਦੱਸਾਂਗੇ ਵੀਰ ਜੀ। ਅੱਛਾ, ਹਾਂਜੀ, ਤੇ ਕੱਲ ਹੀ ਆਈਆਂ ਆਪਣੇ ਤੋਂ ਵੀਰ ਜੀ, 1.5 ਮਹੀਨੇ ਦੀ ਸੂਈ? 1.5-2 ਮਹੀਨਿਆਂ ਦੀ ਸੂਈ ਵੀਰ ਜੀ। ਦੁੱਧ ਹੁਣ ਕੀ ਥੱਲੇ ਸਮਾਂ? ਦੁੱਧ ਵੀਰ ਜੀ 9 ਕਿਲੋ, 8 ਕਿਲੋ ਦੀ ਫੁੱਲ ਗਰੰਟੀ, ਭਾਵੇਂ ਵੀਰ ਮੇਰਾ ਆਨਲਾਈਨ ਵੀ ਮੰਗਾਲੇ, ਜੇ ਇੱਥੇ ਆਊਗਾ ਤੇ 9 ਕਿਲੋ ਚਵਾ ਕੇ ਦੇਵਾਂਗੇ। ਸੂਆ ਹੁਣ ਪਹਿਲਾਂ ਕਿ ਦੂਜੇ ਚੱਲਣ ਰਹੀ ਆ ਵੀਰ? ਕੋਈ ਦੂਜੇ ਮਾਲੇ, ਭਾਵੇਂ ਤੀਜੇ ਮਾਲੇ, ਉਹ ਆਪਣੀ ਮਰਜ਼ੀ ਆ। ਠੀਕ ਹੈ ਜੀ, ਬਾਕੀ ਦੋਸਤੋ ਕੁਛ ਨਹੀਂ ਆਂਦੀ, ਸੀਲ ਸਲਾਗਿਆ ਵੀਰ ਜੀ, ਠੰਡੀ ਧੀਰੀ ਆ, ਸੀਲ ਸਲਾਗ ਪੂਰੀ ਆ। ਹਾਂ, ਤੇ 8 ਕਿਲੋ ਦੱਸਤਾ ਜੀ? ਹਾਂਜੀ, ਦੁੱਧ 9 ਕਿਲੋ ਆ, ਮੈਂ ਕਿਹਾ ਜੇ ਕਹਿੰਦੇ ਆਨਲਾਈਨ ਮੰਗਾਉਣੀ 8 ਕਿਲੋ ਦੀ ਫੁੱਲ ਗਰੰਟੀ ਹੋਊਗੀ। ਠੀਕ ਹੈ ਜੀ, ਹਾਂਜੀ, ਤੇ ਕਿਲੋ ਖੰਡ ਘੱਟ ਹੀ? ਹਾਂ, ਕਿਲੋ ਘੱਟ ਹੀ ਵੀਰ ਜੀ। ਹਾਂਜੀ, ਕੋਈ ਗੱਲ ਨਹੀਂ, ਬੋਦੀ ਵਾਲੀ ਵਹਿੜਾ ਦੋਸਤੋ, ਕਨਕੁਨ ਸਾਈਜ਼ ਤੁਸੀਂ ਇੱਕ ਵਾਰੀ ਚੈੱਕ ਕਰ ਲਓ, ਤੇ ਸੂਆ ਦੂਜਾ ਹੀ ਵੀਰ ਦੱਸ ਰਿਹਾ ਵੀ ਦੂਜਾ ਸੂਆ ਸੂਈ ਆ, ਸਮਾਂ ਵੀ ਤੁਹਾਨੂੰ ਦੱਸਦਾ ਵੀ 1.5 ਮਹੀਨਾ ਕੋਈ ਮੰਨ ਲਿਆ, ਕਿਉਂਕਿ ਬਿਨ ਬੱਚੇ ਤੋਂ ਆ, ਦੁੱਧ 9 ਹੀ ਹੋਵੇ, ਪਰ 8 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ, 8 ਕਿਲੋ ਦੋਸਤੋ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ 8 ਕਿਲੋ ਵੀ ਮੰਨ ਕੇ ਸੌਦਾ ਕਰ ਸਕਦੇ, ਜੇ ਇੱਥੇ ਕੋਈ ਚਵਾਈ ਕਰ ਲਊਗਾ ਪਾਈਆ ਖੰਡ ਵੱਧ ਨਹੀਂ ਬਿਨਾਂ ਜੂੜ ਤੋਂ ਚੋਈਦੀਆਂ ਵੀਰ ਜੀ, ਕੋਈ ਰੱਸੀ ਨਹੀਂ, ਕੋਈ ਕੁਛ ਨਹੀਂ ਪਾਈਦਾ ਇਹਨਾਂ ਨੂੰ, ਵੰਗਾ ਵੰਗਾ ਪਾਉਣ ਦੀ ਲੋੜ ਹੀ ਨਹੀਂ, ਨਹੀਂ ਲੋੜ ਨਹੀਂ ਵੀਰ ਜੀ। ਲਓ ਵੀ ਦੋਸਤੋ, ਇਹ 2nd ਨੰਬਰ 'ਤੇ ਵੈੜ ਸੀਗੀ, ਸੋ ਥੋੜ੍ਹੇ ਪੈਸੇ ਲਾ ਕੇ ਜਿਹੜੇ ਵੀਰ ਨੇ ਕੰਮ ਚਲਾਉਣਾ ਜਾਂ ਵਿੱਚ ਵਿਚਾਲੇ, ਆਪਾਂ ਕਹਿੰਦੇ ਹਾਂ ਵੀ ਕਈ ਨਾ ਪਸ਼ੂ ਸੋਣ ਸੋਣ ਦੇ ਵਿੱਚ ਵਿੱਥ ਪਈ ਹੁੰਦੀ ਆ, ਉਹਨਾਂ ਵੀਰਾਂ ਨੇ ਪਸ਼ੂ ਖਰੀਦਣਾ ਤਾਂ ਜ਼ਰੂਰ ਤੁਸੀਂ ਖਰੀਦ ਸਕਦੇ ਜੀ। ਅਤੇ ਨਿਸ਼ਾਨੇ ਕਿੱਥੋਂ ਤੱਕ ਦੇ ਦੇਣਾ ਤਾਂ ਰਤਾ? ਮੁੱਲ ਕਰ ਲਓ ਵੀਰ ਜੀ, 25,000 ਕਰ ਲਈਏ। ਹਾਂ, 22,000 ਦੀ ਦੇ ਦਾਂਗੇ, 22 ਦੀ। ਹਾਂਜੀ, ਥੋੜ੍ਹਾ ਬੋਲਾ ਮੌਕੇ 'ਤੇ ਮਾਨਤਾਨ ਹੋ ਜਾਊਗਾ ਵੀਰ ਭਰਾ ਜਿਹੜਾ ਵੀ ਫੋਨ ਲਾਊਗਾ। ਠੀਕ ਹੈ ਜੀ, ਹਾਂਜੀ, ਲਓ ਦੋਸਤੋ 22,000 ਦੀ ਜਿਹੜੀ ਇਹ ਤੁਹਾਨੂੰ ਵੈੜ ਮਿਲ ਜੂਗੀ। ਠੀਕ ਹੈ ਜੀ, ਬਾਕੀ ਕੱਦ ਕੁੱਦ ਵੀ ਵੀਰ ਜੀ ਪੂਰਾ, ਕੋਈ ਛੋਟੀ ਨਹੀਂ ਆ। ਬਿਲਕੁਲ ਜੀ, ਬਿਲਕੁਲ ਜੀ। ਠੀਕ ਆ, ਅਤੇ ਰੰਗ ਤੁਸੀਂ ਵੇਖ ਹੀ ਲਿਆ, ਡੱਬੀ ਵੈੜ ਆ, ਅਤੇ ਸੂਈ ਨੂੰ ਦੋਸਤੋ ਸਮਾਂ, ਕਿਉਂਕਿ ਬਿਨ ਬੱਚੇ ਤੋਂ ਆ, ਸਮਾਂ ਵੀਰ ਨੇ 1.5 ਮਹੀਨੇ ਦੱਸਿਆ, ਕੋਈ 2 ਮੰਨ ਕੇ ਲੈ ਜੇ, ਬਾਕੀ ਹੁਣ 9 ਕਿਲੋ ਦੁੱਧ, 8 ਦੀ ਤੁਸੀਂ ਤਸੱਲੀ ਆ, ਉਹ ਗਰੰਟੀ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ। 22,000 ਅੱਗੇ ਆ ਗਈ, ਤੀਜੇ ਨੰਬਰ 'ਤੇ ਆਪਣੇ ਕੋਲ ਦੁੱਧ ਇਹਦੇ ਥੱਲੇ ਵੀ ਇੰਨਾ ਹੀ? ਇੰਨਾ ਹੀ ਆ ਵੀਰ ਜੀ, ਸੇਮ ਹੀ ਆ, 8 ਕਿਲੋ ਹੀ? ਹਾਂਜੀ, 9 ਕਿਲੋ ਦੁੱਧ ਆ, 8 ਕਿਲੋ ਦੀ ਫੁੱਲ ਗਰੰਟੀ, ਜੇ ਇੱਥੇ ਆਊਗਾ 9 ਕਿਲੋ ਚਵਾ ਕੇ ਦੇਵਾਂਗੇ ਵੀਰ ਜੀ। ਸਮਾਂ ਸੁਮਾਂ ਇਹਦਾ ਕਿੰਨਾ ਕੁ? ਇਹ ਤਾਂ ਇੱਕੋ ਕਰਵਾ ਲਈਆਂ, 1.5-2 ਮਹੀਨੇ ਦੱਸਿਆ ਵੀਰ ਜੀ ਉਹਨਾਂ ਨੇ ਹੋਇਆ ਨੂੰ, ਜਿੱਦਾਂ ਘਰ ਵਾਲਿਆਂ ਦੱਸਿਆ ਆਪਾਂ ਉਦਾਂ ਦੱਸਾਂਗੇ, ਆਪਣੀ ਸਮਝ ਕੋਈ ਵੱਧ ਵੀ ਲਾ ਸਕਦਾ, ਘੱਟ ਵੀ ਲਾ ਸਕਦਾ। ਅੱਗੇ ਸਮਝ ਆ ਕਿਸੇ ਦੀ? ਹਾਂਜੀ, ਇਹ ਵੀ ਪਹਿਲਾਂ ਦੂਜਾ ਸੂਆ ਸੂਈ? ਹਾਂਜੀ, ਦੂਜਾ ਸੂਆ ਸੂਈ ਆ। ਲਓ ਜੀ, ਦੂਜਾ ਸੂਆ ਦੋਸਤੋ, ਬੋਦੀ ਵਾਲੀ ਵੈੜ ਆ, ਨਸਲ ਜਾਤ ਪੂਰੀ ਆ, ਤੁਸੀਂ ਵੇਖ ਕੇ ਚੈੱਕ ਕਰੋ। ਠੀਕ ਹੈ, ਛੋਟੇ ਜਿਹੇ ਕੰਨ ਆ, ਬੋਦੀ ਬਾਦੀ ਵੀ ਬਹੁਤ ਸੋਹਣੀ ਆ, ਫੇਸ ਕੁਆਲਿਟੀ ਬਿਲਕੁਲ ਪਤਲਾ ਜਿਹਾ ਫੇਸ ਆ। ਸਮਾਂ ਬੇਸ਼ੱਕ ਇੱਕੋ ਘਰੋਂ ਖਰੀਦੀਆਂ ਨੇ, ਤਾਂ ਕੋਈ 1.5-2 ਮਹੀਨੇ ਸਮਾਂ ਮੰਨ ਕੇ ਸੌਦਾ ਕਰ ਲਏ, 9 ਕਿਲੋ ਦੁੱਧ ਆ ਦੋਸਤੋ, ਬਾਕੀ 8 ਕਿਲੋ ਮੰਨ ਕੇ ਕੋਈ ਸੌਦਾ ਕਰ ਸਕਦਾ। ਮਰਜ਼ੀ ਵੀਰ ਜੀ, ਹੱਥ ਪਲਾ ਫੇਰੀ ਜਾਓ, ਸੀਲ ਸਲਾਗਿਆ ਵੀਰ ਜੀ, ਕੋਈ ਥਣ ਵੱਧ ਘੱਟ ਨਹੀਂ, ਐਂ ਧਾਰਾਂ ਮੋਗੇ ਵਾਂਗੂ ਵਰਦੇ ਆ ਵੀਰ ਜੀ। ਹਾਂਜੀ, ਸੋ ਵਿੱਥਾਂ ਬਿਰਲਾਂ ਵੀ ਚੰਗੀਆਂ ਨੇ, ਆਪਸੀ ਥਣਾਂ ਦੀਆਂ, ਚੌਂ ਥਣ ਦੀਆਂ ਬਿਰਲਾਂ ਬੁਰਲਾਂ ਵੀ ਚੰਗੀਆਂ ਨੇ, ਆਹ ਤੁਸੀਂ ਵੇਖ ਹੀ ਸਕਦੇ ਜੀ। ਠੀਕ ਆ, ਠੀਕ ਹੈ ਜੀ।
ਕੋਈ ਨਾ, ਇੱਕ ਵਾਰੀ ਲੰਮਾ ਤੋਰ ਕੇ ਜਿਹੜਾ ਤੁਹਾਨੂੰ ਤਸੱਲੀ ਕਰਵਾ ਦਿੰਦੇ ਹਾਂ, ਪਸ਼ੂ ਵਧੇਰੇ ਸਮਝ ਵਿੱਚ ਆਜੂਗਾ। ਕੱਦ ਖੂਹ ਤੋਂ ਵੱਡਾ ਬੈਠਦਾ, ਕੱਦ ਵੇਲ ਵੱਡੀ ਆ, ਠੀਕ ਆ ਜੀ। ਲਓ ਦੋਸਤੋ, ਬਾਕੀ ਥਣ ਵਗੈਰਾ ਤੁਹਾਨੂੰ ਵਿਖਾਵਾਂਗੇ। ਥਣ ਵੀ ਮੁੱਠੀ ਥਣ, ਹੱਥੀ ਚੁਬਾਈ ਲਾ ਥਣ ਲੱਗਾ, ਕੋਈ ਛੋਟੇ ਥਣ ਨਹੀਂ ਆ। ਦੇਖੋ ਠੀਕ ਆ ਜੀ, ਹਾਂ ਨਿਸ਼ਾਨ ਤੋਰ ਲਈਏ। ਬਾਕੀ ਧਾਰਾ ਧੂਰਾ ਚੰਗੀ ਹੈ, ਸਾਫ਼ ਚਵਾਈ ਵੀ ਜੀ, ਇੱਕ ਨੰਬਰ ਚਵਾਈ, ਠੀਕ ਹੈ ਜੀ। ਲਓ ਦੋਸਤੋ, 8 ਕਿਲੋ ਦੁੱਧ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ। ਸੋ ਕੱਦ ਕੁੱਦ ਚੰਗਾ ਬੈਠਦਾ, ਬਾਕੀ ਪਸੰਦ ਆਊਗੀ, ਨਸਲ ਬਰੀਡ ਪੂਰੀ ਆ। ਅੱਗੇ ਬਣੀ ਨਹੀਂ ਹੈਗੀ ਖਾਲੀ ਮੰਨ ਕੇ ਕੋਈ ਵੀਰ ਸੌਦਾ ਕਰੇ, ਕਿਉਂਕਿ ਡੇਢ ਡੇਢ ਦੋ ਦੋ ਮਹੀਨੇ ਦੀਆਂ ਬੇਸ਼ੱਕ, ਇਸ ਤੋਂ ਵੱਧ ਵੀ ਕਿਸੇ ਵੀਰ ਨੇ ਸਮਝਣਾ, ਉਹ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ। ਜਿੰਨਾ ਤੁਹਾਨੂੰ ਦੁੱਧ ਦੱਸ ਰਹੇ ਹਾਂ ਹੁਣ ਮੌਕੇ 'ਤੇ, ਉਹ ਤੁਹਾਨੂੰ ਮਿਲੂਗਾ ਪੂਰਾ। ਆਪਣੇ ਤੋਂ ਤਾਂ ਵੀਰ ਜੀ ਕੱਲ੍ਹ ਹੀ ਆਈਆਂ ਵਾ ਆਪਾਂ, ਦੋ ਟਾਈਮ ਉੱਥੋਂ ਚੋਈ ਆ ਸਵੇਰੇ ਸ਼ਾਮੀ, ਅਤੇ ਦੋ ਚਵਾਈਆਂ ਆਪਣੀਆਂ ਆ, ਅੱਜ ਪੰਜਵੀਂ ਚਵਾਈ ਹੋਣੀ ਆਪਣੇ ਘਰ, ਠੀਕ ਆ। ਹਾਂ, ਤੀਜੀ ਚਵਾਈ ਆਪਣੇ ਘਰ ਹੋਣੀ, ਦੋ ਉੱਥੇ ਕੀਤੀਆਂ ਆਪਾਂ, ਠੀਕ ਆ। ਹਾਂਜੀ, ਅਤੇ ਨਿਸ਼ਾਨ ਵੀਰ ਕੀ ਕਰਦੇ ਹਾਂ? ਮੁੱਲ ਵੀਰ ਜੀ ਇਹਦਾ ਵੀ 25,000 ਕਰਦੇ ਹਾਂ, ਅਤੇ ਇਹ ਵੀ 22 ਦੇ ਦਾਂਗੇ, 22 ਦੀ। ਹਾਂਜੀ, ਲੈ ਵੀ 22 ਕਹੀ ਦੀ ਦੁਨੀਆ। ਹਾਂਜੀ ਠੀਕ ਆ ਜੀ, ਚੱਲ ਕੋਈ 500 ਹੋਰ ਲੈਸ ਸਹੀ, 21.5 ਦੀ। ਹਾਂਜੀ, ਕੋਈ ਨਹੀਂ ਵੀਰ ਭਰਾ, ਜਿਹੜਾ ਹੋਰ ਆਊਗਾ ਥੋੜ੍ਹਾ ਬੜਾ ਮਾਨ ਤਾਨ ਕਰਾਂਗੇ, ਜ਼ਿਆਦਾ ਨਹੀਂ ਹੋਊਗਾ ਵੀਰ ਜੀ, ਆਪਾਂ ਫਿਕਸ ਉਹਨੇ ਕੁ ਰੇਟ ਰੱਖਣਦੇ ਆਪਾਂ, ਜ਼ਿਆਦਾ ਨਹੀਂ ਆਪਾਂ ਛੋਟ ਛੱਪਾ ਕਰ ਸਕਦੇ, ਥੋੜ੍ਹਾ ਬੜਾ ਮਾਨ ਤਾਨ ਵੀਰ ਭਰਾ ਦਾ ਕਰਾਂਗੇ ਆਪਾਂ ਜ਼ਰੂਰ, ਠੀਕ ਹੈ। ਹਾਂ, ਦੁੱਧ ਜਿੰਨਾ ਦੱਸਿਆ ਉਹਦੇ ਨੂੰ ਵੱਧ ਨਿਕਲੂ, ਘੱਟਦਾ ਨਹੀਂ ਆਪਣੇ ਘਰ ਦਾ ਵੀਰ ਜੀ, ਇੰਨੀ ਗਰੰਟੀ ਆ, ਠੀਕ ਆ ਜੀ। ਹਾਂਜੀ, ਲਓ ਦੋਸਤੋ, ਇਹ ਤੀਜੇ ਨੰਬਰ 'ਤੇ ਬੈਠ ਆ, 21,500 ਦੀ ਮਿਲ ਜੂਗੀ, ਅਤੇ ਉਹਦੇ ਜਿਵੇਂ ਕੋਈ ਮੌਕੇ 'ਤੇ ਥੋੜ੍ਹਾ ਪਤਾ ਵਿੱਚੋਂ ਕੋਈ ਗੁੰਜਾਇਸ਼ ਹੋਈ, ਮਾਨ ਤਾਨ ਹੋ, ਬਾਕੀ ਕੱਦ ਕੁੱਦ ਵਾਲੀਆਂ ਪੂਰੀਆਂ ਵਿੱਚ ਛੋਟੀਆਂ ਨਹੀਂ ਕੋਈ ਵੀ ਹੈਗੀਆਂ, ਸਹੀ ਆ ਸਹੀ। ਹਾਂਜੀ, ਸੋ ਕੱਦ ਵਧੀਆ ਦੋਸਤੋ, ਬਾਕੀ ਅੱਗੇ ਬਣ ਜਾਂਦੀਆਂ, ਅਤੇ ਇਹ ਜਿਹੜੀ ਤੀਜੇ ਨੰਬਰ 'ਤੇ ਤੁਹਾਨੂੰ ਵੈੜ ਦਿਖਾਈ ਆ, ਇਹ ਕੋਈ ਕਰੋਸ ਅੰਗ ਦੇ ਵਿੱਚ ਨਹੀਂ ਕਿ ਚਲੋ HF ਦੇ ਵਿੱਚ ਤੁਸੀਂ ਪਿਓਰ ਮੰਨ ਸਕਦੇ ਜੇ, ਵੱਛੀ ਬਹੁਤ ਚੰਗੀ, ਕੰਨ ਕੁੰਨ ਵੀ ਵਿੱਚ ਪੂਰ ਨਿੱਕਾ ਵਾ, ਬੂਥੀ ਬਾਥੀ ਬਹੁਤ ਸੋਹਣੀਆਂ, ਛੋਟਾ ਜਿਹਾ ਮੂੰਹ ਆ, ਫੇਸ ਕੁਆਲਿਟੀ ਆ, ਤੁਸੀਂ ਵੇਖ ਲਓ, ਠੀਕ ਆ ਜੀ। ਨਸਲ ਬਰੀਡ ਦੇ ਵਿੱਚ ਪੂਰੀ ਆ, ਬਾਕੀ ਰੇਟ ਭਾਵੜ ਤਾਂ ਵੀ ਜਾਇਜ਼ ਆ। ਸੋ ਦੁੱਧ ਜਿਹੜਾ ਦੋਸਤੋ, 8 ਕਿਲੋ 9 ਕਿਲੋ ਇਹਨਾਂ ਨੇ ਬਿਲਕੁਲ ਆਰਾਮ ਨਾਲ ਚੁਬਾਈ ਜਾਣਾ ਕਰਮ ਵਾਲੀਆਂ ਨੇ, ਜੇਕਰ ਬਣ ਜਾਂਦੀਆਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਵੀ ਚਲੋ ਕਿਸੇ ਵੀਰ ਦਾ ਲੱਕ ਆ। ਅੱਗੇ ਆ ਗਈ ਆਪਣੇ ਕੋਲ ਨਿਸ਼ਾਨ, ਜਿਹੜੀ 20 ਦਿਨਾਂ ਦੀ ਸੂਈ ਆ, ਬੱਚੇ ਦੀ ਪ੍ਰੋਪਰ, ਇਹਦੇ ਮਗਰ ਬੱਚਾ ਸੀ, ਬਣੀ ਇਹਦੀ ਵੀਡੀਓ ਹੈਗੀ ਆਪਣੇ ਤੋਂ ਵੀ ਜੀ, ਪਰਸੋਂ ਬੱਚਾ ਮਰਿਆ ਦਾ, ਮਰ ਗਿਆ ਬੱਚਾ। ਹਾਂਜੀ, ਤੇ ਸੂਆ ਇਹ ਕਿਨਵਾਂ ਸੂਈ ਆ? ਇਹ ਸੂਆ ਤੀਜਾ ਸੂਈ ਵੀ ਜੀ, ਤੀਜਾ। ਹਾਂ, ਲਓ ਦੋਸਤੋ, ਤੀਜੇ ਸੂਏ ਸੂਈ ਆ, ਵਾਇਰ ਤੁਸੀਂ ਵੇਖ ਲਓ, 12 ਕਿਲੋ ਕੰਡੇ ਵਾਲਾ ਹੋਊਗਾ ਵੀਰ ਜੀ, ਇਹਦੇ ਥੱਲੇ 12 ਕਿਲੋ, ਹਾਂ 13 ਹੋ ਜਾਊਗਾ, 12 ਤੋਂ ਮਤਲਬ ਪਾਈਆ ਖੰਡ ਵੀ ਨਹੀਂ ਘਟਦਾ ਵੀਰ ਜੀ, ਠੀਕ ਆ। ਦਿਨ ਕਿਤੇ 20 ਹੋ ਗਏ, 25 ਦਿਨ, 20 ਤੋਂ 25 ਦਿਨ ਹੋ ਗਏ ਵੀਰ ਜੀ, 25 ਦਿਨ। ਹਾਂਜੀ, ਲਓ ਦੋਸਤੋ, 25 ਕੁ ਦਿਨ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲਏ, ਬੱਚਾ ਸੀਗਾ ਮਗਰ ਤੇ ਹੱਥ ਬਲਾ ਫੇਰੀ ਆ ਵੀਰ ਜੀ, ਕੁਛ ਨਹੀਂ ਆਉਂਦੀ, ਠੰਡੀ ਸੀਲਸ ਲੱਗ ਗਿਆ ਪੂਰੀ ਵੀਰ ਜੀ। ਲਓ ਜੀ, ਸੋ ਬੱਚਾ ਦੋਸਤੋ ਇਹਦਾ ਮਗਰ ਸੀਗਾ, ਕੱਲ ਪਰਸੋਂ ਦਾ ਬੱਚਾ ਮਰ ਚੁੱਕਿਆ, ਆਪਣੇ ਤੋਂ ਪ੍ਰੋਪਰ ਵੀਰ ਜੀ ਵੀਡੀਓ ਬਣੀ ਹੈਗੀ ਆ, ਠੀਕ ਆ ਜੀ। ਹਾਂਜੀ, ਲਿਓ ਜੀ, ਨਿਸ਼ਾਨ ਸੁਬਾ ਤੀਜਾ ਹੀ ਹੈ, ਸੁਬਾ ਤੀਜਾ ਵੀਰ ਜੀ, ਲਿਓ ਜੀ। ਤਾਂ ਦੁੱਧ ਹੁਣ ਕਿੰਨਾ ਕੱਪ ਚਵਾ ਦਾਂਗੇ? ਤੇ ਦੁੱਧ 12 ਕਿਲੋ ਤੋਂ 13 ਕਿਲੋ ਹੋਊਗਾ ਵੀਰ ਜੀ, 12 ਤੋਂ ਪਾਈਆ ਖੰਡ ਵੀ ਨਹੀਂ ਘਟਦਾ, ਠੀਕ ਹੈ ਜੀ। ਹਾਂਜੀ, ਐਂ ਠੰਡਾ ਕਰਕੇ ਲੀਟਰ ਮਾਰ ਕੇ ਦੇਵਾਂਗੇ ਵੀਰ ਜੀ, 2-3 ਟਾਈਮ ਕਰਾ ਕੇ ਦੇਵਾਂ, ਤਸੱਲੀ ਕਰਾ ਕੇ ਦੇਵਾਂਗੇ। ਕੱਦ ਤੇ ਵੇਲ ਵੂਲ ਜਿਹੜੀ ਦੋਸਤੋ ਪੂਰੀ ਆ ਬੈਠ ਦੀ, 12 ਕਿਲੋ ਹੁਣ ਨੈੱਟ ਇਹਦੇ ਥੱਲੇ ਦੁੱਧ ਹਾਜ਼ਰ ਆ, ਜਿਹੜਾ ਕਿਸੇ ਵੀਰ ਨੇ ਚੋ ਲੈਣਾ ਇੱਥੇ ਆਣ ਕੇ, ਪਹਾੜੇ 'ਤੇ ਥਾਪੀ 'ਤੇ
ਪਹਾੜੇ ਚਾੜ ਤੇ ਤੁਸੀਂ ਚਵਾਈ ਕਰ ਸਕਦੇ ਜੇ ਭਾਵੇਂ ਵੀਰ ਜੀ ਚਾਰ ਪਾਓ ਨਾ ਪਾਓ ਓਦਾਂ ਚਵਾਈ ਤਿੰਨੇ ਵਹਿਣਾ ਕਰਾਉਂਦੇ ਓਦਾਂ ਥਾਪੀ ਦੇ ਵਿੱਚ ਵੈਸੇ ਬਹਿਜ ਕੇ ਥੱਲੇ ਟਾਈਮ ਆਏ ਤੇ ਬਿਲਕੁਲ ਚਵਾਈ ਕਰਾ ਦੇਣੀ ਕੰਮ ਆ ਜੀ ਬਾਕੀ ਆਹ ਥਣ ਥੁਣ ਵੇਖੋ ਜੀ ਆ ਲਓ ਠੀਕ ਆ ਸੋ ਥਣ ਥੁਣ ਦੀ ਬਹੁਤ ਸੋਹਣੀ ਕੁਆਲਿਟੀ ਹੈ ਦੋਸਤੋ ਹੱਥੀ ਚਵਾਈ ਦਾ ਥਣ ਆ ਬਹੁਤ ਵਧੀਆ ਥਣ ਲੱਗਾ ਬੈਠਦੇ ਆ ਲਓ ਸੱਚ ਇੱਕ ਗੱਲ ਰਹਿ ਚੱਲੀ ਇਹਦੀ ਐ ਥਣ ਚ ਕੋਈ 7-8 ਧਾਰਾਂ ਵੱਧ ਜੋ ਦੁੱਧ 12 ਕਿਲੋ ਹੁਣ ਨੈਟ ਹਾਜ਼ਰ ਵੀਰ ਜੀ 13 ਹੀ ਹੋਊਗਾ ਆਪਾਂ ਦੱਸਣੀ 12 ਦਾ ਕਿਲੋ ਘੱਟ ਹੀ ਦੱਸਣ ਦਾ ਵੀਰ ਜੀ ਜਿਹੜਾ ਵੀ ਇੱਥੇ ਆਣ ਕੇ ਜਾਊਗਾ ਮਤਲਬ ਕਿਲੋ ਪਾਈਆ ਖਾਣ ਤੇ ਵੱਧ ਨਿਕਲੇ ਤੇ ਫਾਇਦਾ ਘੱਟ ਨਿਕਲੇ ਤੁਹਾਨੂੰ ਪਤਾ ਵੀਰ ਜੀ ਨਾਰਾਜ਼ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਇਹ ਤਾਂ ਬੁੱਲ ਕੀ ਰਹੂਗਾ ਜੀ ਬੁੱਲ ਵੀਰ ਜੀ ਇਹਦਾ ਤੇ ਉਦਾਂ 35,000 ਕਰਨਾ ਇਹ ਹੁਣ 30,000 ਤੇ ਛੋਟ ਛਪਾ ਕਰਦਾ ਥੋੜਾ ਬੜਾ ਮੌਕੇ ਤੇ 30 ਜੋ ਹਾਂਜੀ ਠੀਕ ਹੈ ਜੀ ਬਾਕੀ ਆਪਣੇ ਤੋਂ ਪ੍ਰੋਪਰ ਵੀਡੀਓ ਬਣੀ ਆ ਕਿ ਕੋਈ ਵੀਰ ਭਰਾ ਇਹ ਨਾ ਕਹੀ ਜਾਵੇ ਮਤਲਬ ਵਾਵਾ ਚਿਰ ਦੀ ਸੋਈ ਹੋਊਗੀ ਇਹ ਆਪਾਂ ਆਪਣੇ ਘਰ ਹੀ ਬੱਚਾ ਸਪੈਰ ਹੋਇਆ ਵੀਰ ਜੀ ਪਿਛਲੀ ਵੀਡੀਓ ਪਾਈ ਸੀ ਆਪਾਂ ਹਾਂਜੀ ਪਾਈ ਹੈ ਵੀਰ ਜੀ ਉਦੋਂ ਬੱਚਾ ਨਾਲ ਸੀ ਬੱਚਾ ਨਾਲ ਹੀ ਵੀਰ ਜੀ ਕਿੰਨੇ ਦਿਨਾਂ ਦਾ ਕਿਹਾ ਸੀ ਉਦੋਂ ਬੱਚਾ ਉਦੋਂ ਵੀਰ ਜੀ ਕੋਈ 17-18 ਦਿਨਾਂ ਦੇ ਲੱਗੇ ਬੰਨੇ 17-18 ਦਿਨਾਂ ਦਾ ਹਾਂਜੀ ਕੋਈ 12-13-14 ਦਿਨ ਹੋ ਗਏ ਵੀਡੀਓ ਪਾਈ ਨੂੰ ਨਹੀਂ ਜ਼ਿਆਦਾ ਦਿਨ ਨਹੀਂ ਹੋਏ ਵੀਰ ਜੀ ਥੋੜੇ ਦਿਨ ਹੋਏ ਆ ਥੋੜੇ ਦਿਨ ਹੋਏ ਆ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਇਹ ਵੈੜ ਪਾਈ ਆ ਪੂਰਾ ਰਿਕਾਰਡ ਤੁਸੀਂ ਕੱਢ ਸਕਦੇ ਜੇ ਵੀ ਕਿੰਨੇ ਦਿਨਾਂ ਦੀ ਕਹੀ ਸੀਗੀ ਅਤੇ ਅੱਜ ਕਿੰਨੇ ਕੁ ਦਿਨ ਜਿਹੜੇ ਬਣਦੇ ਆ ਠੀਕ ਆ ਵੈੜ ਚੰਗੀ ਆ 13 ਕਿਲੋ ਹੋਵੇ ਨਾ ਹੋਵੇ ਦੁੱਧ ਦਾ ਪਰ 12 ਕਿਲੋ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਕਿੱਥੋਂ ਕੁ ਤੱਕ ਦੇ ਦੇਣੀਆਂ ਨਿਸ਼ਾਨੇ 30,000 ਦੀ ਦੇਣਾਗੇ ਵੀਰ ਜੀ 30,000 ਦੀ ਨੈਟ ਹਾਂਜੀ ਹੁਣ ਤੇ ਥੋੜਾ ਬੜਾ ਕਾ ਤੁਹਾਨੂੰ ਵੀ ਪਤਾ ਘਾਟਾ ਹੀ ਪੈਣਾ ਬੱਚਾ ਮਰ ਗਿਆ ਵਾ ਆ ਬਿਲਕੁਲ ਤੇ ਦੁੱਧ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਤੇ ਸੂਈ ਵੀ ਥੋੜੇ ਟਾਈਮ ਦੀ ਜਿੰਨਾ ਟਾਈਮ ਦੱਸਣ ਦੇ ਆਪਾਂ ਵੀਰ ਜੀ ਠੀਕ ਆ ਜੀ ਹਾਂਜੀ ਲਓ ਦੋਸਤੋ 30,000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਸੋ ਫੇਸ ਕੁਆਲਿਟੀ ਤੁਸੀਂ ਦੇਖ ਲਓ ਘੱਟ ਕਰ ਲਓ ਕੋਈ ਨਹੀਂ 29,500 ਦੀ ਦੇ ਦਾਂਗੇ ਵੀਰ ਜੀ 29,500 ਦੀ ਹਾਂਜੀ ਇੱਕ ਹੋਰ ਮੜਾ ਜਿਹਾ ਗੇੜਾ ਉਧਰਲੇ ਪਾਸੇ ਕੱਢ ਆਈਏ ਦੱਸਿਆ ਤਾਂ ਹੋਰ ਸਲਾਹ ਬਣ ਜੇ ਥੋੜੀ ਜੀ ਚਲੋ ਕੋਈ ਨੀ ਹੋਰ ਕਰਦਾ ਮੌਕੇ ਦੇ ਮਾਨਦਾਨ ਵੀਰ ਭਰਾ ਜਿਹੜਾ ਪਰ ਜ਼ਿਆਦਾ ਨਹੀਂ ਹੋਣਾ ਵੀਰ ਜੀ ਆਪਾਂ ਕਿਉਂਕਿ ਦੁੱਧ ਇਹਨਾਂ ਚਵਾ ਕੇ ਦੇਣਾ ਆਪਾਂ ਗੱਲਾਂ ਨਾ ਨਹੀਂ ਕਹਿੰਦੇ ਵੀਰ ਜੀ ਬਿਲਕੁਲ ਹਾਂਜੀ ਲਓ ਵੀ ਦੋਸਤੋ ਬਾਕੀ ਜਿੰਨਾ ਕੁ ਦੁੱਧ ਤੁਹਾਨੂੰ ਦੱਸਿਆ ਜਾਊਗਾ ਇਸ ਘਰੋਂ ਉਹਨਾਂ ਪ੍ਰੋਪਰ ਵੇਖਣ ਦੇ ਵਿੱਚ ਅਤੇ ਚੋਣ ਦੇ ਵਿੱਚ ਮਿਲੂਗਾ ਠੀਕ ਆ ਇਕੱਲੀਆਂ ਗੱਲਾਂ ਵਾਲਾ ਦੁੱਧ ਨਹੀਂ ਗਾ ਬਾਕੀ ਜਿਹੜਾ 12-13 ਲੀਟਰ ਹੀ ਆ ਦੁੱਧ ਪਰ 12 ਤੋਂ ਪਲੱਸ ਹੀ ਤੁਸੀਂ ਆਣ ਕੇ ਚਵਾਈ ਕਰੋਗੇ ਅਤੇ ਬਾਕੀ 29,500 ਦੀ ਤੁਹਾਨੂੰ ਜਿਹੜੀ ਇਹ ਬਣ ਜੂਗੀ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਅੱਗੇ ਆ ਗਈ ਆਪਣੇ ਕੋਲ ਨਿਸ਼ਾਨ ਜਿਹੜੀ ਹੈ ਲਾਸਟ ਵਿੱਚ ਇਹ ਸੂਈ ਜੋ ਵੀਰ ਜੀ 21-22 ਤਰੀਕ ਦੀ ਸੂਈ ਜੋ ਗਾਂ 21-22 ਦਿਨਾਂ ਦੀ ਹਾਂਜੀ ਬੱਚਾ ਮਗਰੇ ਦੇ ਬੱਚਾ ਇਹਦੇ ਮਗਰ ਵੱਛੀ ਵੀਰ ਜੀ ਮਗਰ ਵੱਛੀ ਆ ਦੋਸਤੋ 22 ਕਿ ਜੈਡ ਬਲੈਕ ਆ ਵੀਰ ਜੀ ਵੱਛੀ ਆ ਹਾਂ ਜੈਡ ਬਲੈਕ ਮਗਰ ਵੱਛੀ ਆ ਵੱਛੀ ਤੁਸੀਂ ਆ ਵੇਖੋ ਜੀ ਆ ਲਓ ਜੀ ਪੂਰੀ ਐਕਟਿਵ ਬਾਕੀ ਆ ਕੱਪੜੇ ਲਾ ਦੇਣੇ ਬੱਚੀ ਪੂਰੀ ਸੋ ਨਸਲ ਬਰੀਡ ਦੇ ਵਿੱਚ ਪੂਰੀ ਆ ਬਹੁਤ ਸੋਹਣੀ ਵੱਛੀ ਆ ਛੋਟੇ ਜਿਹੇ ਕੰਨ ਆ ਫੇਸ ਕੁਆਲਿਟੀ ਵੇਖੋ ਲੈ ਵੀ ਠੀਕ ਹੈ ਜੀ ਕਾਫੀ ਸੋਹਣੀ ਬੱਚੀ ਆ ਤੇ 22-23 ਕਿ ਦਿਨਾਂ ਦੀ ਸੂਈ ਆ ਨਹੀਂ ਨਹੀਂ 22-23 ਦਿਨਾਂ ਦੀ 23-24 ਤਰੀਕ ਦੀ ਸੂਈ ਆ ਅੱਜ ਇਹਨੂੰ ਨਹੀਂ ਤਰੀਕ ਹੋ ਗਈ ਆ 22-23 ਜਨਵਰੀ ਦੀ ਸੂਈ ਆ ਹਾਂ 12 ਦਿਨ ਹੋ ਗਏ ਵੀਰ ਜੀ ਇਹਨੇ ਸੂਈ ਨੂੰ ਠੀਕ ਆ ਜੀ ਹਾਂ 12-13 ਦਿਨ ਠੀਕ ਆ ਜੀ ਠੀਕ ਆ ਲਓ ਦੋਸਤੋ 22-23 ਤਰੀਕ ਦੀ ਸੂਈ ਸੂਈ ਆ ਤੇ ਅੱਜ 4 ਫਰਵਰੀ ਆ 11 ਇਹਨੂੰ 12 ਹੀ ਹੋਊਗਾ ਤੁਸੀਂ 11 ਕਿਲੋ ਮੰਨ ਕੇ ਸੌਦਾ ਕਰ ਸਕਦਾ ਵੀਰ ਭਰਾ ਜਿਹੜਾ ਮਰਜ਼ੀ ਇਹਦੇ ਥੱਲੇ 11 ਕਿਲੋ ਮੰਨ ਹਾਂਜੀ 11 ਕਿਲੋ ਦੁੱਧ ਹੋਊ 12 ਹੀ ਠੀਕ ਆ ਜੀ ਲਓ ਦੋਸਤੋ
ਵੈਟ ਦੀ ਪ੍ਰੋਪਰ ਤਰੀਕ ਵੀ ਤੁਹਾਨੂੰ ਨੋਟ ਕਰਾ ਦਿੱਤੀ ਹੈ ਵੀ 22-23 ਜਨਵਰੀ ਦੀ ਸੂਈ ਆ, ਅੱਜ 4 ਫਰਵਰੀ ਆ, ਅਤੇ ਸਮਾਂ ਕੋਈ ਵੀਰ 12-13 ਮੰਨ ਕੇ ਸੌਦਾ ਤੁਸੀਂ ਕਰ ਸਕਦੇ ਜੇ। ਮਗਰ ਵੱਛੀ ਆ, ਬੱਚਾ ਤੁਹਾਨੂੰ ਦਿਖਾਈ ਦਿੱਤਾ, ਅਤੇ ਦੁੱਧ ਵੀ ਵੀਰ ਨੇ ਦੱਸ ਦਿੱਤਾ ਹੈ, ਨਿਸ਼ਾਨ ਇੱਕ ਵਾਰੀ ਫਿਰ ਕਨਫਰਮ ਕਰਾ ਦਿਓ। ਦੁੱਧ ਵੀ ਹੈਗਾ 12-11 ਕਿਲੋ ਕਰਕੇ ਵੀਰ ਭਰਾ, ਜਿਹੜਾ ਮਰਜ਼ੀ ਸੌਦਾ ਕਰ ਸਕਦਾ। ਠੀਕ ਹੈ ਜੀ, ਹਾਂਜੀ, ਲਓ ਵੀ 12 ਕਿਲੋ ਦੁੱਧ ਆ ਦੋਸਤੋ, ਪਰ 11 ਕਿਲੋ ਮੰਨ ਕੇ ਕੋਈ ਸੌਦਾ ਕਰ ਲਓ। ਦੰਦ ਛਿੱਗੀ ਵਾਲੇ ਬਰਾਬਰ, ਕੰਨੀ ਵਾਲੇ ਬਰਾਬਰ ਕਰਨ ਡਈ ਹੈ। ਲਓ ਦੋਸਤੋ, ਕੰਨੀ ਵਾਲੇ ਦੰਦ ਹਜੇ ਚੱਕਦੀ ਪਈ ਆ, ਬਰਾਬਰ ਨਹੀਂ ਕਰੇਗੇ। ਠੀਕ ਆ, ਆਹ ਤੁਸੀਂ ਵੇਖ ਸਕਦੇ ਜੇ ਕੰਨੀ ਵਾਲੇ ਦੰਦ। ਠੀਕ ਆ, ਕੋਈ ਆਇਆ ਵੀਰਾਂ ਦਾ ਚੌਗੀ ਆ, ਮੈਂ ਉਹਦਾ ਦੰਦ ਇਹ ਤੇ ਹੁਣ ਪਤਾ ਨਹੀਂ ਚੌਗੀ ਛੇਕ ਦੇ ਬਰਾਬਰ ਕਰਦੀ। ਹਾਂ, ਛੇਕ ਦੇ ਬਰਾਬਰ ਕਰਦੀ, ਛੇਕ ਦੇ ਬਰਾਬਰ ਕਰਦੀ। ਕੰਨੀ ਵਾਲੇ ਹਜੇ ਦੰਦ ਪੱਟੇ ਨਹੀਂ ਗੇ। ਹਾਂ ਠੀਕ ਆ ਬਾਈ, ਨਿਸ਼ਾਨ ਤੋਰ ਲਈਏ ਵੀਰੇ। ਹਾਈਟ ਕੱਦ ਜਿਹੜਾ ਦੋਸਤੋ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ, ਮੀਡੀਅਮ ਕੱਦ ਵੀ ਤੁਸੀਂ ਸਮਝ ਕੇ ਸੌਦਾ ਕਰ ਲਓਗੇ। ਅਤੇ ਅੱਗੇ ਦੋਸਤੋ ਚੰਗੀ ਸੇਵਾ ਕੋਈ ਵੀਰ ਕਰ ਲਊਗਾ, ਦੁੱਧ ਕਰਮਾਂ ਵਾਲੀ ਸਾਲ ਭਰ ਸੂਆ ਪਿਆਊਗੀ। ਬਾਕੀ ਥਣ ਥੁਣ ਪੂਰਾ ਉਂਗਲ ਜਿੱਡਾ ਥਾਣਾ, ਚਾਰੇ ਥਾਣਾਂ ਦੀ ਸਪੇਸ ਵਿੱਥਾ ਵਿਰਲਾ ਤੁਸੀਂ ਆ ਦੇਖ ਕੇ ਚੈੱਕ ਕਰ ਲਓ। ਆ ਲਓ ਜੀ, ਠੀਕ ਹੈ। ਅੱਛਾ ਨਿਸ਼ਾਨ ਵੀਰ, ਇਹਦੀ ਫਿਰ ਮੰਗ ਕੀ ਕੀਤੀ ਜੇ? 35 ਮੰਗ ਲਈ ਜੀ। ਨਹੀਂ, ਮੰਗਣ ਨੂੰ ਤਾਂ ਵੇਖੋ ਭਾਵੇਂ 40 ਮੰਗ ਲਓ, ਪਰ ਆਪਾਂ ਦੇਣੀ ਕਿੱਥੇ ਤੱਕ ਆ? 31 ਦੀ ਦੇਣਾਗੇ ਜੀ। 31 ਦੀ? ਹਾਂਜੀ। ਹਾਂ ਨਾ ਹੀ ਆ? ਹਾਂ ਨਾ ਹੀ ਆ ਵੀਰ ਜੀ, ਥੋੜਾ ਬੜਾ ਛੋਟ ਛੱਪਾ ਹੋਊਗਾ, ਮਤਲਬ ਕੋਈ ਛੋਟ ਛੱਪਾ ਹੀ ਕਰਾਂਗੇ, ਛੋਟ ਛੱਪਾ ਹੀ ਵੀਰ ਜੀ ਬਸ। ਠੀਕ ਹੈ ਜੀ, 31 ਚੋਂ। ਹਾਂਜੀ, ਬਾਕੀ ਦੁੱਧ ਆਪਾਂ ਚਵਾ ਕੇ ਦੇਣਾ, ਜਿੰਨਾ ਆਪਾਂ ਦੱਸਣ ਦਾ ਗੱਲਾਂ ਲਾਣੀ ਆ ਵੀਰ ਭਰਾ, ਜਿਹੜਾ ਮਰਜ਼ੀ ਵੀਰ ਭਰਾ ਆ ਜੇ, ਰਹਿਣ ਲਈ ਵੀ ਜਗ੍ਹਾ ਦੇਵਾਂਗੇ, ਅਤੇ ਦੁੱਧ ਫੁੱਲ ਗਰੰਟੀ ਹੋਊਗੀ ਆਪਣੀ ਵੀਰ ਜੀ। ਠੀਕ ਹੈ ਜੀ, ਠੀਕ ਆ। ਲਓ ਦੋਸਤੋ, 31,000 ਦੇ ਵਿੱਚੋਂ ਮਾਨਤਾਨ ਜਿਹੜਾ ਉਹ ਹੋ ਜਾਊਗਾ। ਸੋ ਵਾਇਰ ਤੁਸੀਂ ਪ੍ਰੋਪਰ ਦੇਖ ਲਈ ਆ, ਮਗਰ ਵੱਛੀ ਆ, ਫੀਮੇਲ ਕਾਫ, ਅਤੇ 11 ਕਿਲੋ ਨੈੱਟ ਜਿਹੜਾ ਹੁਣ ਦੁੱਧ ਇਹਦੇ ਕੋਲ ਹਾਜ਼ਰ ਆ ਥੱਲੇ। ਸੋ ਇਹ ਪਸ਼ੂ ਐਨੀਮਲ ਨੇ ਅੱਜ ਜਿਹੜੇ 4 ਆਪਾਂ ਤੁਹਾਨੂੰ ਦਿਖਾਉਣੇ। ਹੋਰ ਨਿਸ਼ਾਨ ਕੋਈ ਗੱਲਬਾਤ? ਵਧੀਆ ਵੀਰ ਜੀ, ਠੀਕ ਠਾਕ ਜੀ, ਤੁਸੀਂ ਸੁਣਾਓ? ਬਸ ਵਧੀਆ, ਠੀਕ ਹੈ ਵੀਰੇ। ਬਸ ਹੁੰਦੇ ਉੱਡਦੀਆਂ ਵਾਲੇ ਕੰਮ ਕਰਦੇ ਹੁੰਦੇ, ਤੁਹਾਨੂੰ ਵੀ ਪਤਾ ਮੁੱਲ ਕੋਈ ਬਾਹਲਾ ਜ਼ਿਆਦਾ ਕੀਤਾ ਨਹੀਂ। ਨਹੀਂ, ਬਹਿ ਜਾ ਹੋ ਗਈ ਕਿ ਜੇ ਪਸ਼ੂ ਦਿਖਾਏ ਆ, ਅਤੇ ਬਾਕੀ 4 ਜਿਹੜੀਆਂ ਦੋਸਤੋ ਹੁਣ ਦੁੱਧ 'ਤੇ ਚੱਲਣ ਡਈਆਂ ਨੇ, ਆਣ ਕੇ ਕੋਈ ਵੀਰ ਚੋ ਕੇ ਆਪਦੀ ਤਸੱਲੀ ਕਰ ਸਕਦਾ, ਦੋ ਟਾਈਮ ਚੋ ਲੋ, ਚਾਰ ਟਾਈਮ ਤਸੱਲੀ ਕਰ ਸਕਦਾ, ਆਪਣੀ ਫੁੱਲ ਗਰੰਟੀ ਹੋਊਗੀ। ਇਹ ਨਹੀਂ ਹੁਣ ਵੀਰ ਭਰਾ ਇੰਨੀ ਦੂਰੋਂ ਚੱਲ ਕੇ ਆ ਜਾਊਗਾ, ਜੇ ਕਿਨੂੰ ਡੰਗਰ ਕੋਈ ਪਸੰਦ ਆਉਂਦਾ ਵਾ ਤੇ ਇੱਥੇ ਆਣ ਕੇ ਦੁੱਧ ਘੱਟ ਦੇ, ਦੁੱਧ ਵੱਧ ਹੀ ਨਿਕਲੂ ਵੀਰ ਜੀ, ਘੱਟ ਨਹੀਂ ਨਿਕਲਦਾ। ਬਿਲਕੁਲ ਜੀ, ਬਿਲਕੁਲ, ਤਾਂ ਹੀ ਸਵਾਦ ਆ ਜੀ। ਹਾਂਜੀ ਵੀਰ ਜੀ, ਇੱਕ ਗੱਬਨ ਵੈਟ ਜਿਹੜੀ ਦੋਸਤੋ ਦਿਖਾਈ ਆ, ਪਹਿਲੇ ਨੰਬਰ ਤੇ ਕਾਫੀ ਸੋਹਣੀ ਵੈਟ ਆ, ਤੇ ਕ੍ਰੋਸ ਅੰਗ ਦੇ ਵਿੱਚ ਆ, ਪਸੰਦ ਆਊਗੀ, ਵਜਨ ਵੱਟੇ ਵਾਲੀ ਆ, ਵਜਨ ਲੋਡ ਪੂਰਾ ਵੈਟ ਦਾ। ਤੇ ਟੋਟਲ ਅੱਜ 5 ਪਸ਼ੂ ਸੀਗੇ ਦੋਸਤੋ ਜਿਹੜੇ ਇਸ ਘਰੋਂ ਆਪਾਂ ਤੁਹਾਨੂੰ ਦਿਖਾਤੇ ਆ। ਤੇ ਨਿਸ਼ਾਨ ਬੋਲ ਦਈਏ ਨੰਬਰ ਆਪਣੇ, ਨੰਬਰ ਹੈਗਾ ਵੀਰ ਜੀ 70-8-76-74-417। ਠੀਕ ਹੈ ਜੀ, ਹਾਂਜੀ, ਪਿੰਡ ਆਪਣਾ ਹੈਗਾ ਰਸੂਲਪੁਰ ਨਹਿਰਾਂ, ਅਤੇ ਜ਼ਿਲ੍ਹਾ ਵੀ ਤਰਨ ਤਾਰਨ, ਤਹਿਸੀਲ ਵੀ ਤਰਨ ਤਾਰਨ, ਬਿਜਲੀ ਘਰ ਦੇ ਲਾਗੇ ਵੀਰ ਜੀ ਆਪਣੀ ਬਹਿ ਗਿਆ। ਠੀਕ ਹੈ ਜੀ, ਹਾਂਜੀ ਜੀ, ਪੂਰਾ ਐਡਰੈਸ ਹੈ, ਸਮਝਾਤਾ। ਹਾਂਜੀ ਵੀਰ ਜੀ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪਾਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਵੀਰ ਜੀ। ਬਸ ਠੀਕ ਹੈ, ਹਾਂਜੀ, ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।